ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਰਦੀਪ ਸਿੰਘ ਤੱਗਰ ਦੇ ਸਾਂਝ ਟੀਵੀ ਵੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸੋ ਦੋਸਤੋ, ਤੁਸੀਂ ਜਾਣਦੇ ਹੋ ਕਿ ਅਸੀਂ ਆਪਣੇ ਇੱਕ ਮੁਲਾਕਾਤ ਪ੍ਰੋਗਰਾਮ ਦੇ ਵਿੱਚ ਤੁਹਾਡੀ ਇੱਕ ਇਹੋ ਜਿਹੀ ਸ਼ਖਸੀਅਤਾਂ ਨਾਲ ਮੁਲਾਕਾਤ ਕਰਵਾਉਂਦੇ ਹਾਂ ਜੋ ਆਪਣੇ ਪਿੰਡਾਂ ਦੇ ਨਾਲ ਜੁੜੇ ਹੋਏ ਆ, ਜੋ ਆਪਣੇ ਸਪੋਰਟਸ ਨੂੰ ਪਿਆਰ ਕਰਦੇ ਆ, ਜੋ ਸਮਾਜ ਦੇ ਕੰਮਾਂ ਦੇ ਵਿੱਚ ਆਪਣਾ ਵਧੀਆ ਯੋਗਦਾਨ ਪਾਉਂਦੇ ਆ। ਅਸੀਂ ਕੋਸ਼ਿਸ਼ ਕਰਦੇ ਹਾਂ ਇਹੋ ਜਿਹੇ ਇਨਸਾਨਾਂ ਨੂੰ ਤੁਹਾਡੇ ਨਾਲ ਮਿਲਾਇਆ ਜਾਵੇ। ਸੋ ਦੋਸਤੋ, ਅੱਜ ਅਸੀਂ ਇੱਕ ਇਹੋ ਜਿਹੀ ਸ਼ਖਸੀਅਤ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਜਨਮ ਬੰਡਾਲਾ ਮੰਝਗੀ, ਜ਼ਿਲ੍ਹਾ ਜਲੰਧਰ ਦੇ ਵਿੱਚ ਹੋਇਆ ਅਤੇ ਸੰਨ 1957 ਦੇ ਵਿੱਚ 16 ਸਾਲ ਦੀ ਉਮਰ ਦੇ ਵਿੱਚ ਜਿਹੜੇ ਕਿ ਪੰਜਾਬ ਤੋਂ UK ਚਲੇ ਗਏ। ਸੋ ਬਾਕੀ ਅਸੀਂ ਗੱਲਬਾਤ ਕਰਾਂਗੇ ਸਰਦਾਰ ਸੰਤੋਖ ਸਿੰਘ ਬਾਸੀ ਨਾਲ, ਜੋ ਕਿ ਅੱਜ ਸਾਡੇ ਸਟੂਡੀਓ ਵਿੱਚ ਹਾਜ਼ਰ ਹਨ। ਜੀ ਬਾਸੀ ਸਾਹਿਬ, ਤੁਹਾਡਾ ਸਾਨੂੰ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਅਤੇ ਸਟੂਡੀਓ ਵੀ ਤੁਹਾਡਾ ਸਵਾਗਤ ਹੈ। ਥੈਂਕ ਯੂ ਵੈਰੀ ਮਚ। ਬਾਸੀ ਸਾਹਿਬ, ਤੁਸੀਂ 1957 ਦੇ ਵਿੱਚ UK ਦੇ ਵਿੱਚ ਗਏ, ਤੁਹਾਡੀ 16 ਸਾਲ ਦੀ ਉਮਰ ਸੀ, ਤੁਸੀਂ ਪਹਿਲਾਂ ਪੜ੍ਹਾਈ ਕੀਤੀ ਬਡਾਲਾ ਸਕੂਲ ਦੇ ਵਿੱਚ। ਹਾਂਜੀ। ਤੁਸੀਂ ਸਾਨੂੰ ਥੋੜ੍ਹੀ ਜਾਣਨਾ ਪਾਓ ਜਿਹੜਾ ਪੰਜਾਬ ਤੋਂ UK ਦਾ ਸਫ਼ਰ ਸੀ, ਜਦੋਂ ਤੁਸੀਂ ਉੱਥੇ ਪਹੁੰਚੇ ਕਿਸ ਤਰ੍ਹਾਂ ਤੁਸੀਂ ਮੈਨੇਜ ਕੀਤਾ, ਕਿਉਂਕਿ ਤੁਹਾਡਾ ਸਾਰਾ ਟੋਟਲੀ ਪੰਜਾਬੀ ਤੁਸੀਂ ਬੋਲਦੇ ਸੀ, ਤੁਹਾਡਾ ਰਹਿਣ ਸਹਿਣ ਅਸੀਂ ਕਹਿ ਸਕਦੇ ਪਿੰਡਾਂ ਵਾਂਗ ਸੀ, ਅਤੇ UK ਅਤੇ ਪੰਜਾਬ ਦਾ ਬਹੁਤ ਫਰਕ ਹੈ, ਸੋ ਕਿਹੋ ਜਿਹਾ ਲੱਗਾ? ਦੇਖੋ ਜੀ, ਮੈਂ 57 ਦੇ ਵਿੱਚ ਮੇਰਾ ਫਾਦਰ ਸੀਗਾ ਇੰਗਲੈਂਡ ਦੇ ਵਿੱਚ, ਉਹਨਾਂ ਨੇ ਸਾਨੂੰ ਉੱਥੇ ਮੰਗਾਇਆ ਅਤੇ ਉੱਥੇ ਜਾ ਕੇ ਸਾਡੇ ਪੰਜਾਬ ਦਾ ਅਤੇ ਇੰਗਲੈਂਡ ਦਾ ਬਹੁਤ ਜ਼ਿਆਦਾ ਡਿਫਰੈਂਸ ਸੀ ਜੀ। ਉੱਥੇ ਵੀ ਜਾ ਕੇ ਬੜੀ ਸਤਿਗੁਰ ਦੀ ਮਿਹਰ, ਉੱਥੇ ਫਿਰ ਉਹੋ ਹੀ ਸਿਚੁਏਸ਼ਨ ਸਾਨੂੰ ਵੀ ਅਡਾਪਟ ਕਰਨੀ ਪਈ। ਉੱਥੇ ਮੇਰੀ ਥੋੜ੍ਹੀ ਉਮਰ ਜਿਹੜੀ ਸੀ ਉਹ 16 ਸਾਲ ਦੀ ਘੱਟ ਸੀ ਕੰਮ 'ਤੇ ਲੱਗਣ ਲਈ, ਥੋੜ੍ਹੀ ਬਹੁਤ ਫਾਦਰ ਹਣੀ ਉਮਰ ਵੱਧ ਘੱਟ ਕਰਕੇ ਤਾਂ ਮੈਨੂੰ ਕੰਮ 'ਤੇ ਲਵਾਤਾ। 18 ਸਾਲ ਦੀ ਉਮਰ ਵਿੱਚ ਮੈਂ ਕੰਮ 'ਤੇ ਲੱਗ ਗਿਆ। ਉੱਥੋਂ ਫਿਰ ਬਾਅਦ ਹੌਲੀ ਹੌਲੀ ਬਾਬੇ ਦੀ ਮਿਹਰ ਹੋਈ, ਹੋਰ ਪਹਿਲਾਂ ਇੱਕ ਗੈਸ ਵਾਲੀ ਫੈਕਟਰੀ ਸਾਧ ਦਿੰਦੇ ਉੱਥੇ ਕੰਮ ਕਰਦੇ ਰਹੇ, ਉਦੋਂ ਬਾਅਦ ਫਿਰ ਹੋਰ ਫੈਕਟਰੀਆਂ 'ਚ ਲੱਗ ਕੇ ਬੜੀ ਪਰਮਾਤਮਾ ਦੀ ਮਿਹਰ ਰਹੀ। ਉਦੋਂ ਬਾਅਦ 1968 'ਚ ਮੈਂ ਕੰਮਕਾਰ ਹੀ ਕਰਦਾ ਸੀ ਅਤੇ ਕੁਛ ਪੈ ਗਿਆ ਪਰ ਆਪਣੇ ਦੂਜੇ ਬਿਜ਼ਨਸ ਵਿੱਚ, ਬਿਜ਼ਨਸ ਨਹੀਂ ਐਡੀ ਸਕਸੈਸਫੁਲ ਹੋਈ ਅਤੇ ਫਿਰ ਮੈਂ 1968 ਵਿੱਚ ਸਾਊਥ ਹਾਲ ਚਲ ਗਿਆ। ਉੱਥੇ ਜਾ ਕੇ ਫਿਰ ਆਪਣੀ ਮਿਹਨਤ ਵੀ ਕੀਤੀ, ਫਿਰ ਸਾਊਥ ਹਾਲ ਪ੍ਰੋਪਰਟੀ ਦਾ ਕੰਮ ਸ਼ੁਰੂ ਕੀਤਾ, ਆਕਸ਼ਨਾਂ ਦੇ ਵਿੱਚੋਂ ਕੋਈ ਘਰ ਲੈ ਕੇ ਬਣਾ ਕੇ ਆਪ ਮਿਹਨਤ ਕਰਕੇ, ਨਾਲ ਮੇਰੀ ਵਾਈਫ ਨੇ ਬੜੀ ਮੇਰੀ ਹੈਲਪ ਕਰਨੀ, ਉਹ ਕੁਛ ਨਾ ਕੁਛ ਉਹਦੇ ਵਿੱਚੋਂ ਪ੍ਰੋਫਿਟ ਬਾਬਾ ਦੇਣ ਦਾ ਸੀਗਾ, ਉਹ ਸ਼ੁਰੂਆਤ ਕੀਤਾ। ਤਾਂ ਹੌਲੀ ਹੌਲੀ ਮੁੜ ਕੇ ਫਿਰ ਉੱਥੇ ਸਾਊਥ ਹਾਲ ਕੰਮ ਬਿਲਡ ਕਰਨਾ ਹੋ ਗਿਆ। ਉਦੋਂ ਬਾਅਦ ਫਿਰ ਉੱਥੇ ਥੋੜ੍ਹੀ ਜਿਹੀ ਕਮਰਸ਼ੀਅਲ ਸਾਈਡ ਨੂੰ ਪੈ ਗਏ, ਕਮਰਸ਼ੀਅਲ ਦੇ ਵਿੱਚ ਫਿਰ ਇੱਕ ਉੱਥੇ ਸਿਨੇਮਾ ਵੀ ਖਰੀਦਿਆ, ਇੱਕ ਉੱਥੇ ਸਭ ਤੋਂ ਵੱਡਾ ਸਾਡਾ ਸੀਗਾ ਜਿਹੜਾ ਕਾਰੋਬਾਰ ਕੀਤਾ, ਮੇਰੇ ਨਾਲ ਚਾਰ ਭਾਈ ਹੋਰ ਸੀ, ਅਸੀਂ ਇੱਕ 7,20,000 ਦਾ ਸੌਦਾ ਕੀਤਾ ਸਾਊਥ ਰੋਡ ਸਾਊਥ ਹਾਲ 'ਤੇ ਦਸਾਂ ਸ਼ੋਪਾਂ ਦਾ। ਉਹ ਪਹਿਲਾਂ 7,20,000 ਦਾ ਸੌਦਾ ਸੀ ਸਾਊਥ ਹਾਲ ਦੇ ਵਿੱਚ, ਅੱਜ ਤਾਂ ਉੱਥੇ 5-5, 10-10 million ਦੇ ਵੀ ਲੋਕ ਸੌਦੇ ਕਰਦੇ ਹੈਗੇ ਆ। ਉੱਥੋਂ ਫਿਰ ਬਾਬੇ ਦੀ ਬੜੀ ਮਿਹਰ ਹੋਈ, ਹੋਰ ਪ੍ਰੋਪਰਟੀ ਵੱਧਦੀ ਰਹੀ। ਫਿਰ ਮੇਰਾ ਵੱਡਾ ਜਿਹੜਾ ਲੜਕਾ ਪਰਮਜੀਤ ਸਿੰਘ ਬਾਸੀ, ਉਹ ਬਰਮੀਆਂ ਪੜ੍ਹਦਾ ਸੀ ਅਤੇ ਫਿਰ ਅਸੀਂ ਸਾਡੀ ਫੈਮਿਲੀ ਨੇ ਡਿਸਾਈਡ ਕੀਤਾ ਵੀ ਅਸੀਂ ਇੱਕ ਥਾਂ ਰਹਿਣਾ, ਮੇਰੀ ਸਦਾ ਖੁਆਇਸ਼ ਹੀ ਰਹੀ ਆ ਵੀ ਪਰਿਵਾਰ ਸਾਰਾ ਇੱਕ ਥਾਂ ਰਹੇ। ਫਿਰ ਅਸੀਂ ਬਰਮਿੰਘਮ ਆ ਗਏ, ਬਰਮਿੰਘਮ ਆ ਕੇ ਅਤੇ ਉੱਥੇ ਫਿਰ ਜੋ ਸੀ ਸਾਰਾ ਪ੍ਰੋਪਰਟੀ ਦਾ ਮੈਂ ਆਪਣੇ ਪਰਮਜੀਤ ਸਿੰਘ ਬਾਸੀ ਨੂੰ ਹੈਂਡ ਓਵਰ ਕਰ ਦਿੱਤਾ। ਬਾਸੀ ਦਾ, ਜਿਵੇਂ ਤੁਸੀਂ ਦੱਸਿਆ ਤੁਸੀਂ ਬਹੁਤ ਹਾਰਡ ਵਰਕ, ਹਾਰਡ ਮਿਹਨਤ ਕੀਤੀ, ਕੀ ਤੁਸੀਂ ਉਸ ਵਕਤ ਕੋਈ ਮਹਿਸੂਸ ਕੀਤਾ ਕਿ 16 ਸਾਲ, 17 ਸਾਲ ਜਾਂ 18 ਸਾਲ ਭਰ ਜਵਾਨੀ ਦੀ ਉਮਰ ਸੀ, ਵੀ ਤੁਸੀਂ ਕਦੇ ਸੋਚਿਆ ਵੀ ਮੈਂ ਆਪਣੇ ਪਿੰਡ ਹੁੰਦਾ, ਮੈਂ ਸ਼ਾਇਦ ਆਪਣਾ ਲਾਈਫ ਨੂੰ ਇੰਜੋਇਮੈਂਟ ਕਰਦਾ ਜਾਂ ਆਪਣੀ ਜੋ ਬਾਕੀ ਨੌਜਵਾਨ ਕਰਦੇ ਆ ਉਸ ਤਰ੍ਹਾਂ ਆਪਣਾ ਥੋੜ੍ਹਾ ਜਿਹਾ ਖੁਸ਼ੀ ਬਤੀਤ ਕਰਦਾ, ਪਰ UK ਦੇ ਵਿੱਚ ਜਾ ਕੇ ਤੁਸੀਂ ਹਾਰਡ ਮਿਹਨਤ ਕਰਨੀ ਜਾਂਦਿਆਂ ਨੇ ਸ਼ੁਰੂ ਕਰ ਦਿੱਤੀ, ਕੋਈ ਇਸ ਤਰ੍ਹਾਂ ਦਾ ਲੱਗਾ ਵੀ ਕਿੱਥੇ ਫਸ ਗਿਆ ਯਾਰ? ਮੇਰੀ ਪਹਿਲਾਂ ਤੋਂ ਸੋਚ ਹੀ ਇੱਕ ਸੀ ਵੀ ਪਿੰਡ ਵੀ, ਜਦ ਮੈਂ ਨਿਆਣਾ ਵੀ ਹੁੰਦਾ ਮੇਰੀ ਬਹਿਣੀ ਉੱਠਣੀ ਜ਼ਿਆਦਾ, ਮੈਂ ਸਿਆਣਿਆਂ ਬਜ਼ੁਰਗਾਂ ਕੋਲ ਬਹਿੰਦਾ ਸੀ, ਮੇਰੀ ਉਸ ਯੰਗਸਟਰਾਂ ਵਾਲੀ ਲਾਈਫ ਵੱਲ ਨੂੰ ਮੇਰਾ ਖਿਆਲ ਹੀ ਨਹੀਂ ਗਿਆ ਮੁੱਢ ਤੋਂ। ਇਹ ਬਿਲਕੁਲ ਮੇਰਾ ਖਿਆਲ ਸੀਗਾ ਵੀ ਹਾਂ ਲਾਈਫ ਚੰਗੀ ਹੋਣੀ ਚਾਹੀਦੀ ਆ, ਚੰਗਾ ਕੱਪੜਾ ਹੋਣਾ ਚਾਹੀਦਾ, ਚੰਗੀ ਕਾਰ ਹੋਣੀ ਚਾਹੀਦੀ, ਚੰਗਾ ਘਰ ਹੋਣਾ ਚਾਹੀਦਾ, ਇਹਨਾਂ ਚੀਜ਼ਾਂ ਦੀ ਸੀਗੀ, ਉਹ ਪਰਮਾਤਮਾ ਦਿੱਤੀਆਂ ਸੀ। ਅਤੇ ਬਾਅਦ ਵਿੱਚ ਉੱਥੇ ਜਾ ਕੇ ਵਿਆਹ ਹੋਇਆ, ਬੱਚੇ ਹੋ ਗਏ, ਬੜੀ ਬਾਬੇ ਦੀ ਮਿਹਰ ਰਹੀ ਅੱਜ ਤਾਈਂ। ਬਾਸੀ ਸਾਹਿਬ, ਤੁਸੀਂ ਉੱਥੇ ਜਾ ਕੇ ਮਿਹਨਤ ਕੀਤੀ, ਸਖ਼ਤ ਮਿਹਨਤ ਕੀਤੀ, ਪਰ ਅੱਜ ਉਸ ਮਿਹਨਤ ਦੇ ਸਦਕਾ ਹੀ ਤੁਸੀਂ, ਤੁਹਾਡਾ ਪੂਰਾ ਨਾਂ ਹੈ ਵੈਸਟ ਮਿਡਲੈਂਡ ਦੇ ਵਿੱਚ, ਜੇਕਰ ਪੌਲ ਬਾਸੀ ਦੀ ਗੱਲ ਕਰ ਲਈਏ, ਤੁਹਾਡੇ ਬੱਚਿਆਂ ਦੀ ਗੱਲ ਕਰ ਲਈਏ, ਤਾਂ ਉਹਨਾਂ ਨੇ ਇਸ ਵਕਤ ਬਹੁਤ ਵੱਡਾ ਨਾਂ ਬਣਾਇਆ ਪ੍ਰੋਪਰਟੀ ਦੇ ਵਿੱਚ, ਅਤੇ ਇਸ ਦੇ ਬਾਵਜੂਦ ਤੁਸੀਂ ਉੱਥੇ ਕੰਮ ਕਰਨ ਦੇ ਨਾਲ ਨਾਲ ਪਰ ਤੁਹਾਡਾ ਥੋੜ੍ਹਾ ਜਿਹਾ ਪਿਛੋਕੜ ਪਿੰਡ ਨਾਲ ਜੁੜਿਆ ਰਿਹਾ,
ਤੁਹਾਨੂੰ ਸੋਚ ਲੱਗੀ ਬਈ ਮੈਂ ਬਈ ਪਿੰਡੋਂ ਆਇਆ ਪਿੰਡ ਦੇ ਲਈ ਕੰਮ ਕਰਨਾ? ਪਰ ਜ਼ਿਆਦਾਤਰ ਅਸੀਂ ਇਹ ਵੀ ਵੇਖਿਆ ਕੁਝ ਐਨ ਆਰ ਆਈ ਵੀਰ ਇਸ ਤਰ੍ਹਾਂ ਦੇ ਵੀ ਆ ਜਿਹੜੇ ਪਿੰਡਾਂ ਤੋਂ ਵਿਦੇਸ਼ਾਂ ਨੂੰ ਗਏ ਪਰ ਉਹਨਾਂ ਨੇ ਆਪਣੇ ਕੰਮ ਸੈਟਲ ਕੀਤੇ, ਬੱਚੇ ਸੈੱਟ ਕੀਤੇ, ਪਰ ਉਹਨਾਂ ਥੋੜ੍ਹਾ ਜਿਹਾ ਧਿਆਨ ਪਿੰਡਾਂ ਨੂੰ ਛੱਡ ਕੇ, ਉਹਨੇ ਸੋਚਿਆ ਵੀ ਨਹੀਂ ਵੀ ਜਿਹੜੇ ਦੇਸ਼ ਦੇ ਵਿੱਚ ਅਸੀਂ ਰਹਿ ਰਹੇ ਹਾਂ ਉੱਥੇ ਆਪਣਾ ਸੈਟਅਪ ਕਰਨਾ। ਪਰ ਤੁਸੀਂ ਹਰ ਸਾਲ ਪਿੰਡ ਆ ਰਹੇ ਹੋ, ਹਰ ਸਾਲ ਲੋਕਾਂ ਦੀ ਮਦਦ ਕਰਦੇ ਹੋ, ਜੇਕਰ ਸਾਨੂੰ ਕੋਈ ਫੋਨ ਕਰਦੇ ਬਾਸੀ ਜੀ ਸਾਨੂੰ ਇਸ ਚੀਜ਼ ਦੀ ਲੋੜ ਹੈ 10,000 ਦੀ, 20,000 ਦੀ, ਲੱਖ ਦੀ, ਜੇ ਸਾਡੇ ਪਿੰਡ 'ਚ ਆ ਕੰਮ ਰੁਕਿਆ, ਤੁਸੀਂ ਉਸੇ ਵਕਤ ਯੈਸ ਕਰ ਦਿੰਦੇ ਹੋ ਵੀ ਹਾਂ ਭਾਈ ਇਹ ਕੰਮ ਕਰਾ ਲਓ? ਕੀ ਕਰਨਾ ਇਹਦੇ ਵਿੱਚ ਜਿਹੜੀ ਤੁਸੀਂ ਕੀਤੀ ਹੈ ਵੀ ਬਰਮਿੰਗਹਾਮ ਦੀ ਉੱਤੇ ਪਰਮਜੀਤ ਬਾਸੀ, ਜਦ ਮੈਂ ਸਾਰਾ ਉਹਨੂੰ ਹੈਂਡ ਓਵਰ ਕਰ ਦਿੱਤਾ, ਮੇਰੀ ਇਹ ਸੋਚ ਵੀ ਮੇਰੇ ਨਾਲੋਂ ਮੁੰਡਾ ਹੁਸ਼ਿਆਰ ਆ, ਮੇਰੇ ਨਾਲ ਵਧੀਆ ਹੀ ਕੰਮ ਕਰੂਗਾ। ਉਹਨ ਕੀਤਾ ਦਿਖਾਲ ਦਿੱਤਾ ਕਰਕੇ ਅੱਜ ਉਹ ਇੰਗਲੈਂਡ ਵਿੱਚ ਮਿਲੀਅਨੇਅਰਾਂ ਦੀ ਲਿਸਟ ਦੇ ਵਿੱਚ ਉਹਦਾ ਨਾਂ ਆਉਂਦਾ ਹੈਗਾ। ਉਦੋਂ ਬਾਅਦ ਜਿਹੜਾ ਤੁਸੀਂ ਇਹ ਪੁੱਛਿਆ ਪਿੰਡ ਦਾ, ਮੇਰੀ ਇੱਕ ਡੇ ਵਨ ਤੋਂ ਇਹ ਸੋਚ ਆ ਪਿੰਡ ਲਈ ਵੀ ਪਿੰਡ ਦਾ ਕੁਛ ਨਾ ਕੁਛ ਬਣਨਾ ਚਾਹੀਦਾ। ਅਗਰ ਮੈਂ ਇੰਗਲੈਂਡ ਨਾ ਆਉਂਦਾ ਤਾਂ ਮੈਨੂੰ ਉੱਥੇ ਪਿੰਡ ਵਿੱਚ ਹੋਸਪਿਟਲ ਵੀ ਚਾਹੀਦਾ ਸੀ, ਸਕੂਲ ਵੀ ਚਾਹੀਦਾ ਸੀ, ਸੜਕਾਂ ਵੀ ਵਧੀਆ ਚਾਹੀਦੀਆਂ। ਮੈਂ ਉਹ ਸੋਚ ਲੈ ਕੇ ਤੁਰਿਆ ਅੱਜ ਤੱਕ ਜੋ ਵੀ ਪਿੰਡ ਦੇ ਵਿੱਚ ਹੁੰਦਾ ਕੰਮ, ਇੱਕ ਕੋਈ ਬੰਦਾ ਆ ਜਾਵੇ ਕੋਈ ਵੀ ਸਲੂਸ਼ਨ ਲੈ ਕੇ ਵਿਆਹ ਕੰਮ ਜਾ ਰਾਹ ਕਰਨ ਵਾਲਾ, ਇੱਦਾਂ ਸਕੂਲ ਬਣਾਉਣ ਵਾਲਾ, ਇਹਦੀ ਰਿਪੇਅਰ ਕਰਨ ਵਾਲੀ, ਜਾਂ ਕੋਈ ਗਰੀਬ ਵਿਚਾਰਾ ਹੈਗਾ ਉਹ ਕਹਿੰਦਾ ਯਾਰ ਮੇਰੀ ਕੋਈ ਮਦਦ ਕਰ। ਮੈਨੂੰ ਇੱਕ ਪਰਮਾਤਮਾ ਨੇ ਇੱਕ ਦੇਣ ਹੀ ਦਿੱਤੀ ਹੈ ਵੀ ਕਿਸੇ ਨਾ ਮੇਰੇ ਕੋਲੋਂ ਹੁੰਦੀ ਹੀ ਨਹੀਂ। ਬਾਸੀ ਸਾਹਿਬ, ਮੈਂ ਚਾਹੁੰਦਾ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਵੀ ਸਾਂਝ ਪਾਓ, ਜਿਹੜੇ ਹੁਣ ਤੱਕ ਤੁਸੀਂ ਆਪਣੇ ਪਿੰਡ ਦੇ ਵਿੱਚ ਸਮਾਜ ਸੇਵਾ ਦੇ ਕੰਮ ਕਰ ਚੁੱਕੇ ਹੋ ਜਾਂ ਲੋਕਾਂ ਦੀ ਮਦਦ ਕਰ ਚੁੱਕੇ ਹੋ, ਉਹ ਕਿਹੜੇ ਕਿਹੜੇ ਅਜਿਹੇ ਕੰਮ ਹੈ ਜੋ ਕਿ ਤੁਹਾਡੇ ਤੋਂ ਪ੍ਰਭਾਵਿਤ ਹੋ ਕੇ ਹੋਰ ਵੀ ਸਾਡੇ ਵੀਰ ਆਪਣੇ ਪਿੰਡਾਂ ਵੱਲ ਨੂੰ ਥੋੜ੍ਹਾ ਜਿਹਾ ਝੁਕਾ ਕਰਨ? ਦੇਖੋ ਜੀ, ਮੇਰਾ ਤਾਂ ਇਹੀ ਸਾਰਿਆਂ ਨੂੰ ਕਹਿਣਾ ਹੈਗਾ ਵੀ ਬੜੀ ਸਤਿਗੁਰ ਦੀ ਮਿਹਰ ਆ, ਆਪਾਂ ਇੰਗਲੈਂਡ ਵਗੈਰਾ ਇੱਧਰ ਆ ਗਏ ਹਾਂ, ਜ਼ਿੰਦਗੀ ਬਹੁਤ ਵਧੀਆ ਬੀਤ ਰਹੀ ਆ, ਆਪਾਂ ਬਿਲਕੁਲ ਥੋੜ੍ਹਾ ਬਹੁਤ ਆਪਣਾ ਇਸ ਪਾਸੇ ਖਿਆਲ ਦੇਈਏ, ਜੋ ਵੀ ਆਪਾਂ ਆਪਣੇ ਪਿੰਡ ਲਈ ਕਰ ਸਕਦੇ ਹਾਂ ਆਵੋ, ਖਿਆਲ ਰੱਖੋ। ਉੱਥੇ ਤਾਂ ਮੇਰੇ ਇੱਕ ਦੋ ਗੇੜੇ ਸਾਲ ਦੇ ਵਿੱਚ ਜ਼ਰੂਰੀ ਆ, ਉੱਥੇ ਆ ਕੇ ਨਿਗਾਹ ਮਾਰਦੇ ਹਾਂ ਵੀ ਸਕੂਲ ਸਕਾਲ ਠੀਕ ਆ, ਜੇ ਵੋ ਪੰਚਾਇਤ ਵਾਲਿਆਂ ਨਾਲ ਮੈਂ ਬੜਾ ਕਲੋਜ਼ ਰਿਲੇਸ਼ਨਸ਼ਿਪ ਸਦਾ ਰੱਖਦਾ, ਉਹਨਾਂ ਨੂੰ ਪੁੱਛਦਾ ਰਹਿੰਦਾ ਉਹ ਤੋਂ ਵੀ ਟੈਲੀਫੋਨ ਕਰਕੇ ਵੀ ਕਿੱਦਾਂ ਵੀ ਕੋਈ ਐਸੀ ਜੇ ਹੁਣ ਪਿੱਛੇ ਜਾਏ ਸਾਡੇ ਪਿੰਡ ਪਾਣੀ ਦਾ ਇੱਕ ਪ੍ਰੋਬਲਮ ਸੀ, ਮੇਰੇ ਨਾਲ ਸਰਪੰਚ ਨੇ ਗੱਲ ਕੀਤੀ ਵੀ ਪਾਣੀ ਕੱਟ ਦਿੱਤਾ, ਮੈਂ ਉਹਨਾਂ ਨੂੰ 2 ਸਾਲ ਲਈ ਪਾਣੀ ਦਾ ਬਿੱਲ ਦਿੰਦਾ ਰਿਹਾ, ਪਰ ਉਹ ਲੋਕ ਜਿਹੜੇ ਇਸ ਪਾਸੇ ਨੂੰ ਤੁਰਦੇ ਹੀ ਨਹੀਂ, ਆਪਣਾ ਪਾਣੀ ਦਾ ਬਿੱਲ ਤੱਕ ਨਹੀਂ ਦੇ ਸਕਦੇ, ਉਹਨਾਂ ਦਾ ਮੈਂ ਕਿੰਨਾ ਚਿਰ ਦੇ ਸਕਦਾ? ਹੁਣ ਉਹ ਮੈਨੂੰ ਪਤਾ ਲੱਗਾ ਉਹ ਟੈਂਕੀ ਫੇਰ ਕੱਟੀ ਹੋਈ ਆ, 22 ਲੱਖ ਸੈਰ ਹੋਇਆ ਆ। ਇਹ ਤਾਂ ਪਿੰਡ ਦੇ ਲੋਕਾਂ ਨੂੰ ਚਾਹੀਦਾ ਵੀ ਅਸੀਂ ਜਿਹੜੀ ਚੀਜ਼ ਵਰਤਦੇ ਉਹਦਾ ਪੈਸੇ ਤਾਂ ਦੇਈਏ। ਬਾਕੀ ਮੈਂ ਜਿੰਨੇ ਮੇਰੇ ਵੀਰ ਭੈਣ ਭਰਾ ਹੈਗੇ ਆ ਬਾਹਰ ਗਏ, ਉਹਨਾਂ ਮੂਹਰੇ ਮੇਰੀ ਇੱਕ ਅਰਜ਼ੀ ਆ, ਉਹ ਇੱਕ ਬੇਨਤੀ ਮੈਂ ਕਰ ਸਕਦਾ ਵੀ ਥੋੜ੍ਹਾ ਬਹੁਤ ਮਿਹਰਬਾਨੀ ਕਰਕੇ ਬਿਲਕੁਲ ਆਪਣੇ ਪਿੰਡਾਂ ਦਾ ਖਿਆਲ ਰੱਖੋ। ਸਾਡੇ ਪਿੰਡ ਦੇ ਵਿੱਚ ਜੀ ਬਹੁਤ ਬਜ਼ੁਰਗ ਸਾਡੇ ਹੋਏ ਆ, ਮੇਰੇ ਵੱਡੇ ਭਾਈ ਸਰਦਾਰ ਕਰਮ ਸਿੰਘ ਜੀ ਸਰਪੰਚ ਵੀ ਰਹੇ ਆ ਫੁਲਪਾਈਨ ਦੇ ਵਿੱਚ, ਉਹ ਪਹਿਲਾਂ ਗਏ ਤਾਂ ਉਹ ਬੰਦੇ ਦੀ ਇੱਕ ਸੋਚ ਇਹੀ ਜਿਹੀ ਸੀ ਕਿ ਮੈਂ ਪੈਸੇ ਵਾਲਾ ਹੈਗਾ, ਚੰਗੀ ਰੋਟੀ ਖਾਂਦਾ, ਮੇਰਾ ਗੁਆਂਢੀ ਵੀ ਚੰਗੀ ਰੋਟੀ ਖਾਵੇ। ਉਹਨੇ ਫੁਲਪਾਈਨ ਵਿੱਚ ਜਾ ਕੇ ਇੰਨੀਆਂ ਰਾਹਦਾਰੀਆਂ ਲੋਕਾਂ ਨੂੰ ਭੇਜੀਆਂ ਪਿੰਡ ਦੇ ਵਿੱਚ, ਜਿੰਨਾ ਸਾਡਾ ਬਡਾਲਾ ਬਾਹਰ ਨੂੰ ਗਿਆ, ਮੇਰਾ ਖਿਆਲ ਉਸ ਬੰਦੇ ਦੀ ਇਹਦੇ ਵਿੱਚ ਬਹੁਤ ਜ਼ਿਆਦਾ ਦੇਣ ਆ ਸਾਨੂੰ ਵੀ ਸਾਰਿਆਂ ਨੂੰ। ਸਾਡਾ ਜੇ ਬਜ਼ੁਰਗ ਇੰਗਲੈਂਡ ਗਿਆ ਤਾਂ ਉਹਨਾਂ ਦੀ ਰਾਹਦਾਰੀ 'ਤੇ ਗਿਆ ਸੀ, ਫਿਰ ਉਹ ਪਿੰਡ ਵਿੱਚ ਸਰਪੰਚ ਬਣੇ, ਸਰਪੰਚ ਬਣ ਕੇ ਉਹਨੇ ਬਹੁਤ ਕੰਮ ਕੀਤੇ ਪਿੰਡ ਦੇ। ਬਾਅਦ ਸਕੂਲ ਜਿਹੜਾ ਸਾਡੇ ਖਾਲਸਾ ਹਾਈ ਸਕੂਲ ਬੰਡਾਲਾ, ਅੱਜ ਤਾਂ ਸੀਨੀਅਰ ਸੈਕੰਡਰੀ ਸਕੂਲ ਬਣਿਆ ਆ, ਉਹਦੀਆਂ ਛੱਤਾਂ ਜਿਹੜੀਆਂ ਡੇਗਣ ਵਾਲੀਆਂ ਸੀ, ਜਿਹੜਾ ਕਿ ਸਕੂਲ 19th century ਦੇ ਵਿੱਚ, ਐਂਡ ਆਫ 19th century ਪਿੰਡ ਨੇ ਬਣਾਇਆ ਸੀਗਾ, ਉਹਦੀਆਂ ਛੱਤਾਂ ਜੁੱਤਾਂ ਡੇਗਣ ਵਾਲੀਆਂ, ਉਹ ਵਿਚਾਰੇ ਆਪਣਾ ਖਰਚ ਕਰਕੇ ਬਾਹਰ ਇੰਗਲੈਂਡ ਅਮਰੀਕਾ ਕਨੇਡਾ ਗਏ, ਉੱਧਰੋਂ ਜਾ ਕੇ ਪੈਸੇ ਇਕੱਠੇ ਕਰਕੇ ਲਿਆ ਕੇ ਬੜੀ ਮਿਹਨਤ ਕਰਕੇ ਉਹਨੇ ਉਹ ਸਕੂਲ ਦੀਆਂ ਛੱਤਾਂ ਪਵਾਤੀਆਂ, ਜਿਹੜਾ ਕਿ ਸਕੂਲ ਅੱਜ ਉਹਦੀ ਮੁਨਿਆਦ ਹੀ ਦੁੱਗਣੀ ਹੋ ਗਈ, ਬਹੁਤ ਵਧੀਆ। ਬਾਕੀ ਹੋਰ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਬਾਬਾ ਭਾਈ ਗੁਰਦਿਆਲ ਸਾਹਿਬ ਬਣਾਏ ਗਏ, ਉਹ ਵੀ ਬਾਬੇ ਦੀ ਮਿਹਰ ਮੇਰੇ ਉੱਥੇ ਭੈਣਾਂ ਭਰਾਵਾਂ ਨਾਲ ਬਣੀ ਆ, ਉਹ ਕਹਿੰਦੇ ਵੀ ਆਹ ਕੰਮ ਕਰ ਸੰਤੋਖ ਮੋਹਰੇ ਹੋ ਕੇ, ਉਹ ਵੀ ਹੋ ਗਿਆ। ਹੋਰ ਪਿੰਡ ਵਿੱਚ ਪੰਚਾਇਤ ਘਰ, ਜੰਝ ਘਰ, ਬਾਕੀ ਹੋਸਪਿਟਲ, ਬਹੁਤ ਚੀਜ਼ਾਂ। ਇਹ ਮਿਹਰਬਾਨੀ ਜ਼ਿਆਦਾ ਜੀ ਇੰਗਲੈਂਡ ਵਾਲਿਆਂ ਦੀ ਆ, ਮੈਂ ਇਹ ਓਪਨਲੀ ਕਹਿੰਦਾ ਅਮਰੀਕਾ ਕਨੇਡਾ ਵਾਲਿਆਂ ਨੂੰ ਉਹ ਬਹੁਤ ਘੱਟ ਪੈਸਾ ਦਿੰਦੇ ਹੈਗੇ ਪਿੰਡ ਨੂੰ, ਉਹਨਾਂ ਦੀ ਅੱਗੇ ਮੈਂ ਬੇਨਤੀ ਕਰਦਾ ਥੋੜ੍ਹੀ ਜਿਹੀ ਤੁਸੀਂ ਵੀ ਪਲੀਜ਼ ਪਿੰਡ ਦਾ ਸੋਚਿਆ ਕਰੋ, ਜੋ ਅੱਗੇ ਪਿੰਡ ਦੇ ਵਿੱਚ ਹੋਇਆ ਮੋਸਟਲੀ ਇੰਗਲੈਂਡ ਵਾਲਿਆਂ ਨੇ ਕੀਤਾ। ਸੋ ਬਾਸੀ ਸਾਹਿਬ, ਤੁਸੀਂ ਦੱਸਿਆ ਕਿ ਤੁਹਾਡਾ ਸਕੂਲ ਬਣਾਉਣ ਦੇ ਵਿੱਚ, ਹੋਸਪਿਟਲ ਬਣਾਉਣ ਦੇ ਵਿੱਚ, ਪੰਚਾਇਤ ਘਰ ਬਣਾਉਣ ਦੇ, ਬਾਬਾ ਭਾਈ ਗੁਰਦਿਆਲ ਜੀ ਦੇ ਗੁਰਦੁਆਰਾ ਸਾਹਿਬ ਬਣਾਉਣ 'ਚ, ਚਾਹੇ ਪਿੰਡਾਂ ਦੀਆਂ ਸੜਕਾਂ ਦੀ ਗੱਲ ਕਰੀ, ਹਰ ਕੰਮ ਦੇ ਵਿੱਚ ਤੁਸੀਂ ਵੱਧ ਚੜ੍ਹ ਕੇ ਸਹਿਯੋਗ ਪਾਇਆ। ਪਰ ਬਾਸੀ ਸਾਹਿਬ, ਤੁਸੀਂ ਸੰਨ 1999 ਤੋਂ ਲੈ ਕੇ ਇੱਕ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ, ਜਿਸ ਵਿੱਚ
ਕਾਫੀ ਬਟਾਲੇ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਨੌਜਵਾਨ, ਜਿਸ ਵਿੱਚ ਲੜਕੀਆਂ ਨੂੰ ਵੀ ਅਸੀਂ ਦੇਖਿਆ, ਬਜ਼ੁਰਗ ਵੀ ਦੇਖਿਆ ਜਿਹਨਾਂ ਦੇ ਤੁਸੀਂ ਮੈਚ ਕਰਵਾਉਂਦੇ ਰਹੇ ਹਾਂ, ਉਹਦੇ ਵਿੱਚ ਇੱਕ ਬਹੁਤ ਚੰਗਾ ਸੰਦੇਸ਼ ਦਿੱਤਾ ਤੁਸੀਂ ਵੀ ਨਸ਼ੇ ਤੋਂ ਦੂਰ ਰਹੋ ਅਤੇ ਇੱਕ ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਬਣਾਓ। ਪਰ ਇਹ ਤੁਸੀਂ ਸਵਰਗ ਵਾਸੀ ਸਰਦਾਰ ਹਾਕਮ ਸਿੰਘ ਜੀ ਬਾਸੀ, ਜੋ ਤੁਹਾਡੇ ਫਾਦਰ ਸਾਹਿਬ ਹੋਏ, ਉਹਨਾਂ ਦੀ ਯਾਦ ਵਿੱਚ ਹੀ ਇਹ ਟੂਰਨਾਮੈਂਟ ਕਰਵਾਏ, ਕੀ ਕੋਈ ਅਜਿਹਾ ਤੁਹਾਨੂੰ ਕੀ ਖਾਸ ਲੱਗਾ ਵੀ ਤੁਹਾਨੂੰ ਆਪਣੇ ਫਾਦਰ ਸਾਹਿਬ ਦੇ ਨਾਂ 'ਤੇ ਹੀ ਇਹ ਟੂਰਨਾਮੈਂਟ ਕਰਵਾਉਣੇ ਚਾਹੀਦੇ, ਜਿਹੜੇ ਕਿ ਤੁਸੀਂ ਸੰਨ 1999 ਤੋਂ ਸ਼ੁਰੂ ਕੀਤੇ ਉਹਨਾਂ ਦੇ ਨਾਂ 'ਤੇ ਅੱਜ ਵੀ ਤੁਸੀਂ ਬੱਚਿਆਂ ਦੀ ਸਪੋਰਟ ਦੇ ਵਿੱਚ ਕਾਫੀ ਮਦਦ ਕਰਦੇ ਆ ਰਹੇ? ਉਹਦੀ ਇਹੀ ਗੱਲ ਆ, ਮੈਂ ਆਪਣੇ ਫਾਦਰ ਸਾਹਿਬ ਦੀ ਇੰਨੀ ਇੱਜ਼ਤ ਕਰਦਾ, ਬਾਕੀ ਵੀ ਮੈਂ ਇਹ ਵੀ ਕਹੂੰਗਾ ਆਮ ਬੰਦੇ ਨੂੰ ਆਪਣੇ ਮਾਂ ਪਿਓ ਦੀ ਬਿਲਕੁਲ ਇੱਜ਼ਤ ਕਰਨੀ ਚਾਹੀਦੀ ਹੈਗੀ ਆ, ਕਿਉਂਕਿ ਕਹਿੰਦੇ ਹੁੰਦੇ ਸਿਆਣੇ ਪਹਿਲਾਂ ਰੱਬ ਤਾਂ ਫਿਰ ਉਦੋਂ ਬਾਅਦ ਤੁਹਾਡਾ ਰੱਬ ਤੁਹਾਡੇ ਮਾਂ ਪਿਓ ਹੀ ਆ। ਮੈਂ ਆਪਣੇ ਪੇ ਦਾ ਕੀਤਾ, ਕਦੀ ਦੇ ਨਹੀਂ ਸਕਦਾ। ਇੱਕ ਅਨਪੜ੍ਹ ਬੰਦਾ ਇੱਥੇ ਇੰਗਲੈਂਡ ਗਿਆ, ਜਾ ਕੇ ਸਾਨੂੰ ਉੱਥੇ ਸੱਦਿਆ, ਅਤੇ ਬਾਅਦ ਪਰਮਾਤਮਾ ਦੀ ਮਿਹਰ ਹੋਈ, ਪੈਸੇ ਦੀ ਬੜੀ ਧੰਨ ਧੰਨ ਪਰਮਾਤਮਾ ਨੇ ਕਰ ਦਿੱਤੀ। ਮੇਰੇ ਦਿਮਾਗ ਦੇ ਵਿੱਚ ਹਰ ਵੇਲੇ ਮੇਰੇ ਫਾਦਰ ਦਾ ਹੀ ਆ, ਮੇਰੇ ਫਾਦਰ ਲਈ ਮੈਨੂੰ ਹੁਣ ਕੋਈ ਕਹੇ ਵੀ ਆਹ ਕਾਰਵਾਈ, ਮੈਂ ਕਰਨ ਨੂੰ ਤਿਆਰ ਹਾਂ। ਮੈਂ ਕਦੀ ਵੀ ਆਪਣੇ ਪੇ ਨੂੰ ਭੁੱਲ ਨਹੀਂ ਸਕਦਾ ਜਿੰਨਾ ਚਿਰ ਮੈਂ ਜੀਣਾ। ਬਾਸੀ ਸਾਹਿਬ, ਤੁਸੀਂ ਆਪਣੇ ਪਿੰਡਾਂ ਦੇ ਵਿੱਚ ਸਪੋਰਟਸ ਨੂੰ ਲੈ ਕੇ ਜਿਵੇਂ ਜ਼ਿਆਦਾ ਰੁਝਾਨ ਹੋਇਆ, ਉਸ ਤੋਂ ਬਾਅਦ ਤੁਸੀਂ YFC ਰੋੜਕਾ ਕਣਾ, ਜੋ ਇੱਕ ਬਹੁਤ ਵੱਡੀ ਸੰਸਥਾ ਦੇ ਰੂਪ ਵਿੱਚ ਇਲਾਕੇ ਵਿੱਚ ਵਿਚਰ ਰਹੀ ਆ, ਤੁਸੀਂ ਉਹਨਾਂ ਦੀ ਵੀ ਫਾਈਨੈਂਸ਼ੀਅਲੀ ਤੌਰ 'ਤੇ ਵੀ ਮਦਦ ਕਰ ਰਹੇ ਹੋ, ਹੋਰ ਵੀ ਜੋ ਤੁਹਾਨੂੰ ਲੋੜ ਪੈਂਦੀ ਆ YFC ਨੂੰ ਤੁਸੀਂ ਹਰ ਵਕਤ ਖੜ੍ਹਦੇ ਹੋ, ਉਸ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਸਪੋਰਟਸ ਦੇ ਨਾਲ ਜੋੜਿਆ ਜਾ ਰਿਹਾ ਆ, ਤੁਸੀਂ ਕੀ ਸੋਚਦੇ? ਤੁਸੀਂ ਆਪਣੇ ਪਿੰਡ ਦਾ ਹੀ ਸਹਿਯੋਗ ਕਰ ਰਹੇ ਹੋ, ਆਲੇ ਦੁਆਲੇ ਦਾ ਜੇਕਰ ਕੋਈ ਵੀ ਬੱਚਾ ਬੜਾਲਾ ਗਰਾਊਂਡ ਵਿੱਚ ਆ ਖੇਡਦਾ, ਤੁਸੀਂ ਉਹਦੀ ਵੀ ਮਦਦ ਕਰਦੇ ਹੋ? ਉਹ ਦੇਖੋ ਜੀ, ਜਿਹੜੇ ਰੁੜਕੇ ਦੇ ਮੁੰਡਾ ਸੋਨੀ ਅਤੇ ਉਹਦਾ ਬ੍ਰਦਰ ਟੋਨੀ, ਉਹ ਬਹੁਤ ਸੋਹਣਾ ਕੰਮ ਸਪੋਰਟ ਲਈ ਪਿੰਡ ਕਰ ਰਹੇ ਆ। ਮੈਂ ਉਹਨਾਂ ਨਾਲ ਜੁੜਿਆ ਹਾਂ ਜਦ ਇਹ ਟੂਰਨਾਮੈਂਟ ਸ਼ੁਰੂ ਕੀਤਾ 1999 ਦਾ। ਉਹਨਾਂ ਨੂੰ ਸੋ ਮੱਚ ਫੰਡ ਦੇਈਦੇ ਆ, ਉਹ ਬੜੇ ਖੁਸ਼ ਆ ਮੁੰਡੇ ਮੇਰੇ ਨਾਲ। ਉਹਨਾਂ ਕੋਲੋਂ ਹੀ ਮੈਂ ਇਹ ਸਿੱਖਿਆ ਵੀ ਪਿੰਡ ਅਕੈਡਮੀ ਖੋਲ੍ਹੀਏ, ਬੱਚਿਆਂ ਦੀ ਅਕੈਡਮੀ ਆ ਤਕਾਲ ਨੂੰ, ਉੱਥੇ ਜਾਓ, ਗਰਾਊਂਡ ਦੇ ਵਿੱਚ ਘੱਟ ਤੋਂ ਘੱਟ 100 ਬੱਚਾ ਹੁੰਦਾ, ਉਹ ਬੱਚੇ ਆਪਣੇ ਬੁਰਿਆਂ ਕੰਮਾਂ ਤੋਂ ਬਚਣਗੇ, ਡਰੱਗਾਂ ਤੋਂ ਬਚਣਗੇ, ਸ਼ਰਾਬਾਂ ਨਸ਼ਿਆਂ ਤੋਂ ਬਚਣਗੇ। ਤਾਂ ਮੇਰੀ ਇਹੀ ਪਰਮਾਤਮਾ ਅੱਗੇ ਬੇਨਤੀ ਆ ਵੀ ਜੋ ਮੈਂ ਕਰ ਸਕਦਾ ਉਹ ਸਤਿਗੁਰ ਕਰਾਈ ਜਾਵੇ, ਤਾਂ ਮੈਂ ਇੱਦਾਂ ਕਰਦਾ ਰਹੂੰਗਾ। ਉਹਨਾਂ ਨੂੰ ਮੈਂ ਆਪਣੇ ਬੱਚਿਆਂ ਨੂੰ ਸਮਝਦਾ, ਔਰ ਦੇਖ ਕੇ ਮੈਂ ਬੜਾ ਕਈ ਵਾਰੀ ਅਪਸੈਟ ਵੀ ਹੁੰਦਾ। ਉਹਨਾਂ ਬੱਚਿਆਂ ਦੇ ਮੈਚ ਵਗੈਰਾ ਹੁੰਦੇ ਆ, ਇੱਕ ਮਾਂ ਔਰ ਪੇ ਉਹਨਾਂ ਦਾ ਉਹਨਾਂ ਨੂੰ ਦੇਖਣ ਨਹੀਂ ਆ ਸਕਦੇ, ਔਰ ਸ਼ੇਮ ਉਹਨਾਂ ਨੂੰ ਚਾਹੀਦਾ। ਜਾਂ ਦੂਸਰਾ ਬੰਦਾ ਤੁਹਾਡੇ ਬੱਚਿਆਂ ਲਈ ਉਹ ਕਰਦਾ, ਤੁਸੀਂ ਆਪ ਵੀ ਥੋੜ੍ਹਾ ਬਹੁਤ ਉੱਧਰ ਖਿਆਲ ਦਿਓ ਤਾਂ ਕਿ ਬੱਚੇ ਤੁਹਾਡੇ ਇਨਕਰੇਜ ਹੋਣ। ਬਾਸੀ ਸਾਹਿਬ, ਇੱਕ ਮੈਂ ਤੁਹਾਡੇ ਤੋਂ ਅਲੱਗ ਜਿਹਾ ਸਵਾਲ ਪੁੱਛਣ ਜਾ ਰਿਹਾ ਹਾਂ, ਕਿਉਂਕਿ ਤੁਸੀਂ ਇੱਕ NRI ਵੀ ਹੋ, ਕੀ ਕਾਰਨ ਹੈ ਇਸ ਵਕਤ ਜਿੰਨੇ ਵੀ NRI 50 ਸਾਲ 60 ਸਾਲ ਜਾਂ 40 ਸਾਲ ਤੋਂ ਪੰਜਾਬ ਛੱਡ ਕੇ ਵਿਦੇਸ਼ਾਂ ਵਿੱਚ ਗਏ, ਚਾਹੇ UK ਦੇ ਵਿੱਚ, ਅਮੈਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ, ਉਹਨਾਂ ਨੇ ਆਪਣਾ ਲਾਈਫ ਸਟਾਈਲ ਉੱਥੇ ਸੈੱਟ ਕੀਤਾ, ਆਪਣੇ ਬੱਚੇ ਪੜ੍ਹਾਏ, ਬੱਚਿਆਂ ਦੇ ਵੀ ਗਾਹਾਂ ਬੱਚੇ ਹੋ ਗਏ ਆ, ਉਹ ਵੀ ਸੈੱਟ ਕਰ ਲਏ, ਪਰ ਅੱਜ ਦੀ ਤਰੀਕ ਦੇ ਵਿੱਚ ਉਹ ਬੱਚੇ ਪੰਜਾਬ ਦੇ ਨਾਲ ਕਿਉਂ ਨਹੀਂ ਜੁੜ ਰਹੇ, ਪੰਜਾਬ ਦੇ ਵਿੱਚ ਕਿਉਂ ਨਹੀਂ ਆ ਰਹੇ, ਕੀ ਉਸ ਵਿੱਚ ਮੁੱਖ ਕਾਰਨ ਕੀ ਹਨ? ਉਹਦਾ ਮੁੱਖ ਕਾਰਨ ਇਹ, ਜਿਹੜੇ ਉੱਥੇ ਦੇ ਪੈਦਾ ਹੋਏ ਬੱਚੇ ਆ, ਉਹ ਉੱਥੇ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਵੜ ਗਏ ਆ। ਇੰਡੀਆ ਵੱਲ ਨੂੰ, ਆਪਣੇ ਪੰਜਾਬ ਵੱਲ ਨੂੰ ਮਾਂ ਬਾਪ ਕਈ ਫੇਲ ਹੋ ਗਏ ਉਹਨਾਂ ਨੂੰ ਲਿਆਉਣਾ, ਵੀ ਆਓ ਜੀ ਦੇਖੋ ਅਸੀਂ ਕਿੱਥੋਂ ਆਏ ਹਾਂ, ਕਿੱਥੋਂ ਕੀ ਸਾਡੀ ਬੈਕਗਰਾਊਂਡ ਹੈਗੀ ਆ। ਮੈਂ ਤਾਂ ਆਪਣੇ ਸਾਰਿਆਂ ਬੱਚਿਆਂ ਨੂੰ ਪਹਿਲਾਂ ਨਿਆਣਿਆਂ ਹੁੰਦਿਆਂ ਨੂੰ ਹੀ ਇੱਥੇ ਨਾਲ ਲਿਆਉਂਦਾ ਰਿਹਾ, ਉਹਨਾਂ ਨੂੰ ਸਾਰਾ ਪਤਾ ਸਾਡਾ ਪਿੰਡ ਕਿਹੜਾ ਆ, ਸਾਡਾ ਜ਼ਿਲ੍ਹਾ ਕਿਹੜਾ ਆ। ਇਹ ਜਿਹੜੇ ਲੋਕ ਅੱਜ ਨਹੀਂ ਆ ਰਹੇ, ਉਹਨਾਂ ਦਾ ਬੱਚਿਆਂ ਦਾ ਇਹੀ ਆ ਕਿ ਮਾਂ ਪਿਓ ਦਾ ਉੱਧਰ ਰੁਝਾਨ ਹੀ ਨਹੀਂ ਸੀਗਾ ਵੀ ਅਸੀਂ ਬੱਚਿਆਂ ਨੂੰ ਆਪਣਾ ਪਿੱਛਾ ਦਿਖਾ ਲਈਏ ਵੀ ਕਿਹੜਾ ਆ। ਜੇ ਉਹ ਪਿੱਛਾ ਦਿਖਾ ਲਦੇ, ਮੈਂ ਕਹਿੰਦਾ ਨਿਆਣੇ ਬਿਲਕੁਲ ਇੱਧਰ ਜੁੜੇ ਰਹਿੰਦੇ। ਹੁਣ ਉਹ ਨਿਆਣੇ ਜਿਹੜੇ ਟੋਟਲੀ ਆਊਟ ਆਫ ਕੰਟਰੋਲ ਆ, ਉਹਨਾਂ ਨੂੰ ਕੋਈ ਇੱਦਾਂ ਦੀ ਬੋਦਰ ਨਹੀਂ ਵੀ ਅਸੀਂ ਜਾਈਏ ਆਪਣਾ ਪਿੱਛਾ ਦੇਖੀਏ ਜਾਂ ਨਾ ਦੇਖੀਏ। ਬਾਸੀ ਸਾਹਿਬ, ਇਸ ਵਕਤ ਇੱਕ ਹੋਰ ਨਵਾਂ ਟ੍ਰੈਂਡ ਚੱਲ ਰਿਹਾ, ਜੋ ਅਸੀਂ ਵੀ UK ਜਾ ਕੇ ਵੀ ਦੇਖਿਆ ਜਾਂ ਹੋਰ ਗੱਲਾਂ ਵੀ ਸੁਣਦੇ ਹੋ, ਜਿਹੜੇ ਇਸ ਵਕਤ ਬਜ਼ੁਰਗ ਹੋ ਚੁੱਕੇ ਆ, ਕਹਿ ਸਕਦੇ ਆ 50 ਸਾਲ ਤੋਂ ਉੱਪਰ ਹੋ ਚੁੱਕੇ ਆ ਹਸਬੈਂਡ ਵਾਈਫ, ਉਹਨਾਂ ਦੀ ਸੋਚ ਵੀ ਇਹ ਹੋ ਚੁੱਕੀ ਆ ਵੀ ਅਸੀਂ ਬਹੁਤ ਕੰਮ ਕੀਤਾ ਤਾਂ ਹੁਣ ਤਾਂ ਅਸੀਂ ਘੁੰਮਣਾ ਫਿਰਨਾ, ਘੁੰਮਣਾ ਫਿਰਨਾ ਵੀ ਚਾਹੇ ਦੁਬਈ ਜਾਣਾ ਜਾਂ ਹੋਰ ਕਿਸੇ ਵੀ ਯੂਰਪ ਦੇ ਵਿੱਚ ਜਾ ਰਹੇ ਆ, ਪਰ ਜਿਹੜਾ ਤੁਹਾਡਾ ਘੁੰਮਣਾ ਫਿਰਨਾ ਆ, ਮੈਂ ਕਾਫੀ ਸਾਲਾਂ ਤੋਂ ਵੇਖ ਰਿਹਾ, ਤੁਸੀਂ ਆਪਣੀ ਵਾਈਫ ਦੇ ਨਾਲ ਸਾਲ ਵਿੱਚ ਇੱਕ ਵਾਰ ਤਾਂ ਪੱਕਾ, ਨਹੀਂ ਤਾਂ 2 ਵਾਰ ਤੁਸੀਂ ਇੰਡੀਆ, ਆਪਣੇ ਪੰਜਾਬ ਜਾਂ ਆਪਣੇ ਪਿੰਡ 'ਚ ਜ਼ਿਆਦਾ ਗੇੜਾ ਮਾਰਦੇ ਹੋ, ਕਿ ਤੁਹਾਡੇ ਨਹੀਂ ਦਿਮਾਗ 'ਚ ਕਦੇ ਖਿਆਲ ਆਇਆ ਵੀ ਮੈਂ ਵੀ ਬਈ ਆਪਣਾ ਜਿਹੜਾ ਕਿ ਯੂਰਪ ਦੇ ਵਿੱਚ ਜਾਵਾਂ ਜਾਂ ਦੁਬਈ ਦੇ ਵਿੱਚ ਜਾਵਾਂ, ਕੋਈ ਹੋਰ ਕੰਟਰੀਆਂ ਦੇ ਵਿੱਚ
ਵੀ ਮੈਂ ਵੀ ਆਪਣਾ ਹੋਲੀਡੇ ਜਾ ਕੇ ਬਣਾਵਾਂ ਬਜਾਏ ਪੰਜਾਬ ਦੀ? ਕੀ ਕਾਰਨ ਆ ਜਿਹੜਾ ਤੁਸੀਂ ਆਪਣੇ ਹਮੇਸ਼ਾ ਹੀ ਤੁਹਾਡੀ ਗੱਡੀ ਪੰਜਾਬ ਜਾ ਕੇ ਖੜ੍ਹਦੀ ਆ? ਇਹਦੇ ਵਿੱਚ ਜੀ ਦੇਖੋ, ਮੇਰੀ ਲਗਨ ਹੀ ਪੰਜਾਬ ਨਾਲ ਆ, ਇੱਥੋਂ ਦਾ ਮੈਂ ਜੰਮਿਆ ਪਲਿਆ, ਇਹ ਮੇਰੀ ਜਨਮ ਭੂਮੀ ਆ। ਮੈਂ ਹੁਣ ਡੁਬਈ, ਅਮੈਰੀਕਾ, ਕਨੇਡਾ, ਮੈਂ ਉੱਥੋਂ ਲੈਣਾ ਕੀ ਆ? ਇੱਥੇ ਆ ਕੇ ਸਾਰੇ ਮੇਰੇ ਜਿਹੜੇ ਪੁਰਾਣੇ ਵੀਰ ਭੈਣ ਭਰਾ ਮਿਲਦੇ ਆ, ਉਹਨਾਂ ਨੂੰ ਮਿਲ ਕੇ ਬੜੀ ਰੂਹ ਖੁਸ਼ ਹੁੰਦੀ ਆ। ਮੈਂ ਤਾਂ ਬੱਚਿਆਂ ਨੂੰ ਵੀ ਇਹ ਗੱਲ ਕਹਿੰਦਾ ਹੁੰਦਾ ਵੀ ਤੁਸੀਂ ਯੂਰਪ ਵਿੱਚ ਤੁਰੇ ਫਿਰਦੇ ਆ, ਉੱਥੇ ਜਾ ਕੇ ਬੈੱਡ ਆਪਣੇ ਹੋਟਲ ਦੇ ਕਮਰੇ 'ਚ ਬਹਿ ਜਾਓ, ਕਿ ਉੱਥੇ ਕੰਧਾਂ ਨਾਲ ਗੱਲਾਂ ਕਰਦੇ ਹੁੰਦੇ ਆ। ਆਪਣੇ ਮੁਲਕ ਵਿੱਚ ਜਾਓ, ਤੁਸੀਂ ਉੱਥੇ ਦਾ ਵਾਤਾਵਰਨ ਦੇਖੋਗੇ, ਉੱਥੇ ਦਾ ਸਾਰਾ ਜਿਹੜਾ ਸਿਸਟਮ ਆ ਉਹਨੂੰ ਦੇਖੋਗੇ, ਕੀ ਇੱਥੇ ਚੰਗੇ ਕੰਮ ਹੋ ਰਹੇ ਆ, ਕੀ ਮਾੜੇ ਹੋ ਰਹੇ ਆ। ਮੇਰਾ ਇੱਥੇ ਆਉਣ ਦਾ ਇਹ ਹੁੰਦਾ ਵੀ ਜੇ ਪਿੰਡ ਦੇ ਵਿੱਚ ਕੋਈ ਕਿਸੇ ਚੀਜ਼ ਦੀ ਕੋਈ ਲੋੜ ਜਾਂ ਕਿੱਦਾਂ ਕੁਛ ਬਣਾਉਣ ਦੀ ਆ, ਮੈਂ ਇਹ ਹੀ ਕਹਿੰਦਾ ਹੁੰਦਾ ਵੀ ਇਹ ਕੁਛ ਨਾ ਕੁਛ ਪਿੰਡ ਬਾਬਤ ਕੀਤਾ ਜਾਵੇ। ਜਿਵੇਂ ਕਿ ਤੁਸੀਂ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਤੁਹਾਡੀ ਗੱਲ ਲਾ ਕੇ ਪਿੰਡ 'ਤੇ ਮੁੱਕ ਜਾਂਦੀ ਹੈ, ਜੇਕਰ ਅਸੀਂ ਪਿੰਡ ਦੀ ਗੱਲ ਕਰੀਏ, ਕੀ ਤੁਹਾਡਾ ਕੋਈ ਐਸਾ ਕੋਈ ਡਰੀਮ ਪ੍ਰੋਜੈਕਟ ਜਾਂ ਡਰੀਮ ਪਲੈਨ ਹੈ ਜੋ ਤੁਸੀਂ ਸੋਚਦੇ ਹਾਂ ਵੀ ਆਹ ਕੰਮ ਮੇਰੇ ਪਿੰਡ 'ਚ ਹੋਣਾ ਚਾਹੀਦਾ ਸੀ ਜਾਂ ਹੋਣਾ ਚਾਹੀਦਾ ਹੈ ਪਰ ਉਹ ਕਿਸੇ ਕਾਰਨ ਰੁਕਿਆ ਆ, ਜਾਂ ਤੁਸੀਂ ਉਸਨੂੰ ਕਰਨਾ ਚਾਹੁੰਦੇ ਹੋ ਕੋਈ ਇਹੋ ਜਿਹੀ ਕੋਈ ਪ੍ਰੋਜੈਕਟ? ਮੈਂ ਹਰਦੀਪ, ਤੈਨੂੰ ਪਤਾ ਵੀ ਇੱਦਾਂ ਦਾ ਮੇਰਾ ਪਿੰਡ ਵਾਲਾ ਖਿਆਲ ਹੈਗਾ, ਮੈਂ ਪਿੱਛੇ ਜਾਏ ਪਿੰਡ ਦੇ ਲੋਕ ਜੋ ਮੇਰੀ ਸੋਚ ਆ ਉਹਦੇ ਨਾਲ ਚੱਲਣਾ ਨਹੀਂ ਚਾਹੁੰਦੇ। ਮੈਂ ਪਿੱਛੇ ਜਾ, ਮੈਂ ਸਭ ਤੋਂ ਵੱਡਾ ਇੱਕ ਕੰਮ ਪਿੰਡ ਕਰਨਾ ਚਾਹੁੰਦਾ ਸੀ ਕਿ ਪਿੰਡ ਦੇ ਵਿੱਚੋਂ ਗੰਦ ਚੱਕਿਆ ਜਾਵੇ। ਜਿਹੜਾ ਗੰਦ ਆ ਇਹ ਅਮੀਰ ਲਈ ਵੀ ਚੰਗਾ, ਗਰੀਬ ਲਈ ਵੀ ਚੰਗਾ। ਇੱਕ ਸਕੀਮ ਬਣਾਈ, ਇੱਥੇ ਪੰਜ ਸੱਤ ਬੰਦੇ ਪਿੰਡੋਂ ਕਾਇਮ ਕੀਤੇ, ਪੰਜ ਸੱਤ ਮੈਂ ਇੰਗਲੈਂਡ 'ਚੋਂ ਨਾਲ ਤੋਰੇ। ਮੈਂ ਕਿਹਾ ਆਪਾਂ ਇੱਥੋਂ ਥੋੜ੍ਹੇ ਥੋੜ੍ਹੇ ਪੈਸੇ ਜੋੜ ਕੇ ਹਰ ਸਾਲ ਪਾਇਆ ਕਰੀਏ। ਇੱਕ ਉੱਥੇ ਜਿਹਨੂੰ ਤੁਸੀਂ ਕਹਿ ਦਿੰਦੇ ਹੈਗੇ ਆ ਛੋਟਾ ਹਾਥੀ, ਜੇ ਉਹ ਇੱਦਾਂ ਦਾ ਲੈ ਕੇ ਦੋ ਡਰਾਈਵਰ ਰੱਖੀਏ ਅਤੇ ਉਹ ਪਿੰਡ ਦੇ ਵਿੱਚ ਜਿੱਦਾਂ ਸਾਡੇ ਪੰਜ ਪੱਟੀਆਂ ਆ, ਦੋ ਪੱਟੀਆਂ ਬਹੁਤ ਵੱਡੀਆਂ, ਦੋ ਦੋ ਦਿਨ ਇੱਧਰ ਲਾ ਦਿਓ, ਇੱਕ ਇੱਕ ਦਿਨ ਛੋਟੀ ਪੱਟੀ ਵੱਲ ਲਾ ਦਿਓ। ਉਹਦੇ ਨਾਲ ਡਰਾਈਵਰ ਕੋਲ ਘੰਟੀ ਜਿਹੀ ਹੋਵੇ, ਉਹ ਵਜਾ ਦੇਵੇ ਵੀ ਹਰ ਇੱਕ ਘਰ ਵਾਲਾ ਆ ਕੇ ਆਪਣਾ ਕੂੜਾ ਇਹਦੇ ਵਿੱਚ ਸਿੱਟ ਦਿਓ। ਔਰ ਉੱਧਰ ਮੈਂ ਸਰਪੰਚ ਸਾਹਿਬ ਬੜਾ ਮੇਰੇ ਕਹਿਣੇ ਵਿੱਚ ਆ ਵਿਚਾਰੇ ਚੱਲਦੇ, ਉਹਨਾਂ ਨੂੰ ਕਿਹਾ ਵੀ ਤੁਸੀਂ ਕੋਈ ਬਾਹਰ ਜਗ੍ਹਾ ਛੱਡੋ, ਉਹਨੀਂ ਇੱਕ ਖੇਤ ਇੱਧਰ ਪਟੋਰੀ ਦੇ ਰਾਲ ਛੱਡਿਆ ਵੀ ਗਾਂਦਲ ਜਾ ਕੇ ਉੱਥੇ ਸਿੱਟੋ, ਜਮ੍ਹਾਂ ਹੋ ਜਾਊ, ਦੋ ਮਹੀਨੇ ਚੁਕਾ ਦਿਆਂਗੇ ਬਾਹਰੋਂ ਪੈਸੇ ਦੇ ਕੇ। ਉਹਦੇ ਵਿੱਚ ਜਿਹੜੇ ਬੰਦੇ ਨੂੰ ਮੈਂ ਪਿੰਡ ਦੇ ਵਿੱਚ ਮੂਹਰੇ ਚੰਗਾ ਸਮਝਦਾ ਸੀ, ਪੜ੍ਹਿਆ ਲਿਖਿਆ ਰਿਟਾਇਰਡ ਮੁੰਡਾ, ਮਾਸਟਰ ਰਿਟਾਇਰਡ ਆ, ਉਹਨੂੰ ਮੈਂ ਵੀ ਤੈਨੂੰ ਯਾਰ ਸਾਰੇ ਪੈਸੇ ਭੇਜਿਆ ਕਰਾਂਗੇ, ਜਿਹੜਾ ਕੋਈ ਡਾਟਾ ਡਰਾਈਵਰ ਵਗੈਰਾ ਰੱਖਣਾ, ਯੂ ਲੁੱਕ ਆਫਟਰ ਇਟ। ਇੱਕ ਦਿਨ ਮੈਂ ਇੱਥੇ ਆਇਆ ਸੀ, ਸਵੇਰ ਵੱਲ ਮੈਂ ਸੁੱਤਾ ਨਹੀਂ ਉੱਠਿਆ, ਉਹਦਾ ਮੈਨੂੰ ਫੋਨ ਆ ਗਿਆ, ਕਹਿੰਦਾ ਭਾਅ ਜੀ ਕਿੱਦਾਂ? ਮੈਂ ਕਿਹਾ ਠੀਕ ਠਾਕ ਆ। ਕਹਿੰਦਾ ਯਾਰ ਆ ਜਿਹੜਾ ਤੁਸੀਂ ਪ੍ਰੋਜੈਕਟ ਬਣਾਇਆ ਮੇਰਾ ਪਰਿਵਾਰ ਨਹੀਂ ਮੰਨਦਾ, ਮੈਨੂੰ ਸਮਝ ਨਹੀਂ ਲੱਗਦੀ ਉਹਦੇ ਪਰਿਵਾਰ ਨੂੰ ਉਹ 'ਚੋਂ ਤਕਲੀਫ ਕੀ ਹੁੰਦੀ ਸੀਗੀ, ਇਸ ਕਰਕੇ ਜਦ ਮੈਨੂੰ ਆ ਜਵਾਬ ਮਿਲਿਆ ਮੈਂ ਫਿਰ ਉਹ ਪ੍ਰੋਜੈਕਟ ਜਿਹੜਾ ਕਰਨਾ ਸੀ ਮੈਂ ਉੱਥੇ ਠੱਪ ਹੀ ਕਰ ਦਿੱਤਾ ਵੀ ਰਹਿਣ ਨਹੀਂ, ਮੈਨੂੰ ਚਾਹੀਦਾ ਨਹੀਂ ਇੱਦਾਂ ਦਾ। ਬਾਸੀ ਸਾਹਿਬ ਬਹੁਤ ਖੁਸ਼ ਹੋਈ, ਤੁਸੀਂ ਬਿਲਕੁਲ ਸਾਰੀਆਂ ਬੇਵਾਕ ਅਤੇ ਖੁੱਲ੍ਹ ਕੇ ਗੱਲਾਂ ਕੀਤੀਆਂ ਜੋ ਵੀ ਤੁਹਾਡੇ ਦਿਲ ਦੇ ਵਿੱਚ ਆਇਆ, ਕਿਉਂਕਿ ਤੁਹਾਡਾ ਸੁਣਿਆ, ਤੁਹਾਨੂੰ ਵੇਖਿਆ, ਤੁਹਾਡੇ ਪਿੰਡ ਦੇ ਲੋਕ ਵੀ ਇਹ ਕਹਿੰਦੇ ਆ ਕਿ ਸੰਤੋਖ ਸਿੰਘ ਬਾਸੀ ਜਿਹੜੀ ਗੱਲ ਮੂੰਹ 'ਤੇ ਹੁੰਦੀ ਆ ਬੋਲ ਦਿੰਦੇ ਆ। ਇਸ ਵਕਤ ਤੁਹਾਨੂੰ ਪੂਰੀ ਦੁਨੀਆ ਦੇ ਵਿੱਚ ਵੇਖਿਆ ਜਾ ਰਿਹਾ, ਤੁਹਾਡੇ ਪਿੰਡ ਦੇ ਲੋਕਾਂ ਨੇ ਵੀ ਆਪਣੇ ਮੋਬਾਈਲਾਂ ਫੋਨਾਂ ਦੇ ਵਿੱਚ ਇੰਟਰਨੈਟ ਰਾਹੀਂ ਜਾਂ ਟੀ ਵੀ ਦੇ ਜ਼ਰੀਏ ਤੁਹਾਡੀ ਇੰਟਰਵਿਊ ਵੇਖ ਰਹੇ ਆ। ਤੁਸੀਂ ਆਪਣੇ ਪਿੰਡ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤਾਂ ਜੋ ਕਿ ਜਿਹੜਾ ਤੁਹਾਡਾ ਡਰੀਮ ਹੈਗਾ ਆ ਵੀ ਤੁਸੀਂ ਆਪਣੇ ਪਿੰਡ ਨੂੰ ਵਧੀਆ ਬਣਾਈਏ ਉਹ ਤੁਹਾਡੇ ਸੋਚ ਦੇ ਨਾਲ ਚੱਲ ਸਕਣ? ਮੇਰੀ ਤਾਂ ਪਿੰਡ ਦੇ ਲੋਕਾਂ ਮੂਹਰੇ ਇਹੀ ਬੇਨਤੀ ਆ, ਪਿੰਡ ਦਾ ਜਿਹੜਾ ਸੁਧਾਰ ਆ ਉਹ ਤੁਹਾਡੀ ਪਿੰਡ ਦੀ ਜਿਹੜੀ ਪੰਚਾਇਤ ਚੁਣਦੇ ਆ ਉਹ ਹੀ ਕਰ ਸਕਦੀ ਆ। ਮੇਰਾ ਇਹਨਾਂ ਨੂੰ ਇਹ ਸਲਾਹ ਆ, ਇੱਕ ਕਰਨਾ ਇਹਨਾਂ ਦੀ ਮਰਜ਼ੀ ਆ ਵੀ ਆਪੋ ਵਿੱਚ ਹੀ ਬੈਠ ਕੇ ਸਿਆਣਿਆਂ ਬੰਦਿਆਂ ਦੀ ਪੰਚਾਇਤ ਚੁਣੋ, ਪਿੰਡ ਦੇ ਚੰਗੇ ਕੰਮ ਕਰੋ ਜਿਹੜਾ ਕਿ ਪਿੰਡ ਦਾ ਕੋਈ ਭਲਾ ਹੋਵੇ। ਮੈਂ ਜੋ ਕਰ ਸਕਦਾ ਪਿੰਡ ਲਈ ਮੈਂ ਇਹਨਾਂ ਲਈ ਹਰ ਵੇਲੇ ਤਿਆਰ ਹਾਂ, ਕੋਈ ਮੇਕੋ ਪਾਰਟੀ ਬਾਜ਼ੀ ਦਾ ਸਵਾਲ ਨਹੀਂ। ਕਈ ਕਹਿੰਦੇ ਭਾਅ ਜੀ ਤਾਂ ਯਾਰ ਅਕਾਲੀਆਂ ਨਾਲ ਜੁੜਿਆ, ਮੈਂ ਕਿਸੇ ਨਾਲ ਨਹੀਂ ਜੁੜਿਆ ਆ, ਮੇਰੇ ਸਾਰੇ ਦੋਸਤ ਆ, ਮੈਂ ਕਾਮਰੇਡਾਂ ਦੇ ਜਾਂਦਾ, ਉਹ ਵਿਚਾਰੇ ਮੇਰੀ ਇੱਜ਼ਤ ਕਰਦੇ ਆ, ਮੈਂ ਉਹਨਾਂ ਦੀ ਕਰਦਾ। ਕੋਈ ਜਾਤ ਪਾਤ ਪਾ ਕੇ ਮੈਂ ਇੱਕ ਦੂਜੇ ਦੇ ਧੱਬੇ ਲਾਉਣੇ ਬਹੁਤ ਗਲਤ ਆ, ਇੱਦਾਂ ਦੇ ਕੰਮ ਛੱਡੋ, ਰਲ ਮਿਲ ਕੇ ਪਿੰਡ ਦਾ ਖਿਆਲ ਰੱਖੋ। ਮੇਰੇ ਤੋਂ ਤੁਹਾਨੂੰ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਦੁੱਖ ਪੀੜ ਕੋਈ ਜ਼ਰੂਰਤ ਹੋਵੇ ਮੈਂ ਜੋ ਤੁਹਾਡੀ ਪੂਰੀ ਕਰ ਸਕਦਾ, ਮੈਂ ਆਪਣੇ ਪਿੰਡ ਦੀ ਇੱਦਾਂ ਦੇ ਕੰਮ ਕਰਨ ਲਈ ਸਦਾ ਤਿਆਰ ਹਾਂ। ਕੋਈ ਪਾਰਟੀ ਹੋਵੇ, ਕੋਈ ਹੋਰ ਹੋਵੇ, ਕੋਈ ਜਾਤ ਪਾਤ ਦਾ ਮੇਰੇ ਕੋਈ ਰੌਲਾ ਨਹੀਂ। ਸੋ ਦੋਸਤੋ, ਇਹ ਸਨ ਸਰਦਾਰ ਸੰਤੋਖ ਸਿੰਘ ਬਾਸੀ ਜੋ ਕਿ ਬਡਾਲਾ ਤੋਂ ਅੱਜ ਸਾਡੇ ਸਾਂਝ ਟੀਵੀ ਦੇ ਸਟੂਡੀਓ ਵਿਖੇ ਪਹੁੰਚੇ ਆ। ਤੁਸੀਂ ਵੇਖਿਆ ਕਿ ਇਹਨਾਂ ਨੇ ਬਹੁਤ ਹੀ ਖੂਬ ਗੱਲਾਂ ਕੀਤੀਆਂ ਅਤੇ ਇਹਨਾਂ ਨੇ ਬਿਲਕੁਲ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਕਿ ਅਤੇ ਇੱਕ ਚੀਜ਼ ਜ਼ਰੂਰ ਵੇਖੀ ਕਿ ਇਹਨਾਂ ਦਾ ਜਿਹੜਾ ਕਿ ਪਿੰਡ ਦੇ ਨਾਲ ਪਿਆਰ ਕਾਫੀ ਜੁੜਿਆ ਜੋ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 25 ਸਾਲਾਂ ਤੋਂ ਜ਼ਿਆਦਾ ਇਹਨਾਂ ਨੇ ਆਪਣਾ ਆਉਣ ਜਾਣ ਦਾ ਸਰਕਲ ਜ਼ਿਆਦਾ ਘੁਮਾਇਆ ਪਿੰਡ ਦੇ ਵਿੱਚ, ਬਹੁਤ ਵੱਡੇ ਅਹਿਮ ਕੰਮ ਕੀਤੇ ਆ।
ਸੋ ਅਸੀਂ ਵੀ ਇਹੀ ਸੋਚ ਰੱਖਦੇ ਹਾਂ ਕਿ ਹੋਰ ਵੀ ਜਿੰਨੇ ਐੱਨ ਆਰ ਆਈ ਚਾਹੇ ਕਿਸੇ ਵੀ ਮੁਲਕ ਦੇ ਯੂਰਪ ਦੀ ਗੱਲ ਕਰ ਲਓ ਯੂਕੇ ਕੈਨੇਡਾ ਅਮੈਰੀਕਾ ਜਾਂ ਹੋਰ ਕਿਸੇ ਕੰਟਰੀ ਦੇ ਵਿੱਚ ਵੀ ਗਏ ਆ ਅਤੇ ਉਹਨਾਂ ਨੂੰ ਆਪਣੇ ਆਪਣੇ ਪਿੰਡਾਂ ਦੇ ਨਾਲ ਜ਼ਰੂਰ ਰਾਬਤਾ ਕਾਇਮ ਰੱਖਣਾ ਚਾਹੀਦਾ ਹੈ। ਸੋ ਸਰਦਾਰ ਸੰਤੋਖ ਸਿੰਘ ਬਾਸੀ ਤੁਸੀਂ ਸਾਡੇ ਸਟੂਡੀਓ ਵਿਖੇ ਆਏ, ਤੁਹਾਡੇ ਆਉਣ ਦਾ ਬਹੁਤ ਬਹੁਤ ਧੰਨਵਾਦ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜਿਹੜੀ ਤੇ ਮੇਰੀ ਇੰਟਰਵਿਊ ਲਈ ਆ, ਵਿਚ ਯੂ ਬੈਸਟ ਆਫ ਲੱਕ। ਥੈਂਕ ਯੂ ਵੈਰੀ ਮਚ।